ਜੇ ਤੁਸੀਂ ਵਾਇਰਲ ਨਾ ਕਰਦਾਨਿਆ ਤਾਂ ਸਮਝੋ ਵੀ ਮਤਲਬ ਜਾਂ ਤਾਂ ਵਾਇਰਲ ਮਰੇਗਾ ਜਾਂ ਤੁਸੀਂ ਮਰੋ। ਇਹ ਰਸਤਾ ਤੀਜਾ ਕੋਈ ਨੀ, ਇਹਦੀ ਕੋਈ ਦਵਾਈ ਨੀ, ਇਹਦਾ ਕੋਈ ਦਾਰੂ ਨੀ, ਇਹਦੀ ਕੋਈ ਚੀਜ਼ ਇਲਾਜ ਨੀ। ਅੱਜ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਦੀ। ਮੇਰੀ ਇਸ ਦੇ ਉੱਤੇ ਬਹੁਤ ਹੀ ਦਿਲਚਸਪ ਸਟੱਡੀ ਹੈ। ਜਿਵੇਂ ਕਹਿ ਰਹੇ ਸੀ ਗੁਰੂ ਸ਼ਬਦ ਗੁਰੂ ਦੀ ਗੱਲ, ਗੁਰੂ ਨਾਨਕ ਦੇ ਮਹਾਰਾਜ ਇਸ ਦੁਨੀਆਂ ਦੇ ਵਿੱਚ ਜਦੋਂ ਵਿਚਰੇ ਸ਼ਬਦ ਗੁਰੂ ਦੀ ਗੱਲ ਕੀਤੀ। ਸ਼ਬਦ ਕੀ ਚੀਜ਼ ਹੈ? ਸ਼ਬਦ ਇੱਕ ਸਿਧਾਂਤ ਹੈ, ਇੱਕ ਆਈਡੀਓਲੋਜੀ ਹੈ, ਇੱਕ ਥਾਟ ਹੈ, ਇੱਕ ਥਿੰਕਿੰਗ ਹੈ, ਇੱਕ ਮੈਸੇਜ ਹੈ। ਗੁਰੂ ਨਾਨਕ ਇੱਕ ਪੈਗੰਬਰ ਹੈ, ਮੈਸੰਜਰ ਹੈ ਗੋਡ ਦਾ, ਰੱਬ ਦਾ। ਉਹ ਰੱਬ ਦੇ ਮੈਸੰਜਰ ਦੇ ਤੌਰ ਦੇ ਉੱਤੇ ਮੈਸੇਜ ਦੇ ਰਿਹਾ ਦੁਨੀਆਂ ਨੂੰ, ਜਿਹੜੀ ਇਸ ਧਰਤੀ ਦੇ ਉੱਤੇ ਵਿਚਰ ਰਹੀ ਦੁਨੀਆਂ। ਤਾਂ ਸ਼ਬਦ ਜਿਹੜਾ ਹੈ ਉਹ ਇੱਕ ਸਿਧਾਂਤ ਹੈ, ਔਰ ਉਹ ਐਸਾ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਜਿਸ ਦੇ ਵਿੱਚ ਇੱਕ ਐਲੀਮੈਂਟ ਹੈ। ਉਹ ਕੀ ਐਲੀਮੈਂਟ ਹੈ ਕਿ ਸਮਾਜਿਕ ਰੈਵੋਲੂਸ਼ਨ ਦੀ ਗੱਲ, ਜਿਵੇਂ ਭਾਈ ਸਾਹਿਬ ਨੇ ਹੋਰ ਤਰੀਕੇ ਨਾਲ ਕਹੀ, ਮੈਂ ਹੋਰ ਲੈਂਗੁਏਜ ਚ ਗੱਲ ਕਹਿ ਰਿਹਾ, ਉਹ ਕੀ ਚੀਜ਼ ਹੈ? ਇਸ ਗੁਰੂ ਨਾਨਕ ਮਹਾਰਾਜ ਦੀ ਇਹ ਰਿਅਲਾਈਜੇਸ਼ਨ ਸੀ ਕਿ ਇਸ ਦੁਨੀਆਂ ਜਿੰਨੀ ਦੇਰ ਰਹੇਗੀ ਓਨੀ ਦੇਰ ਇਸ ਦੇ ਵਿੱਚ ਈਵਲ ਰਹੇਗਾ, ਜ਼ੁਲਮ ਰਹੇਗਾ, ਪਾਪ ਰਹੇਗਾ, ਅਤਿਆਚਾਰ ਰਹੇਗਾ, ਔਰ ਉਸ ਅਤਿਆਚਾਰ ਪਾਪ ਤੇ ਜ਼ੁਲਮ ਦੇ ਨਾਲ ਟਕਰਾਉਣ ਲਈ ਆਦਮੀ ਇਸ ਦੁਨੀਆਂ ਦੇ ਵਿੱਚ ਹੀ ਰਹੇ, ਸਮਾਜ ਦੇ ਵਿੱਚ ਰਹੇ, ਸਮਾਜ ਨੂੰ ਛੱਡ ਕੇ ਨਾ ਜਾਵੇ, ਕਿਉਂਕਿ ਈਵਲ ਇੱਕ ਨੈਸੈਸਿਟੀ ਹੈ, ਇਨੇਵਿਟੇਬਿਲਿਟੀ ਹੈ। ਜੇ ਦੁੱਖ ਹੈ ਤਾਂ ਸੁੱਖ ਆ, ਜੇ ਈਵਲ ਆ ਤਾਂ ਦੂਸਰੇ ਪਾਸੇ ਸੰਤ ਆ, ਮਹਾਤਮਾ ਜਾਂ ਮਹਾਂਪੁਰਸ਼ ਹੈ। ਇਸ ਦੁਨੀਆਂ ਦੇ ਵਿੱਚ ਵਿਚਰਨਾ, ਇਸ ਦੁਨੀਆਂ ਦੇ ਵਿੱਚ ਰਹਿਣਾ, ਇਸ ਨੂੰ ਛੱਡ ਕੇ ਨਹੀਂ ਜਾਣਾ। ਅੱਜ ਸਿੱਖ, ਮਾਫ ਕਰਨਾ, ਮੈਂ ਦੇਖਦਾ ਗਾਤਰਾ ਵੀ ਪਾ ਲਿਆ, ਸਰੂਪ ਵੀ ਬੜਾ ਤਕੜਾ, ਅੰਦਰੋਂ ਡਰਪੋਕ ਬੁੱਧ, ਸੱਚੀ ਗੱਲ ਕਹਿਣੋ ਡਰਦੇ, ਬਿਲਕੁਲ ਜਾਨ ਨਿਕਲ ਜਾਂਦੀ ਸੱਚੀ। ਜੇ ਸਰੂਪ ਦੀ ਉਹ ਗੱਲ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਸਰੂਪ ਤਾਂ ਬਹੁਤ ਹੀ ਵਧੀਆ, ਬੜੀ ਸ਼ਾਨਦਾਰ ਉਹਨਾਂ ਦੀ ਜਿਹੜਾ ਸਰੂਪ ਆ ਕੇਸ਼ਾਂ ਦਾ ਵਾ, ਮਤਲਬ ਬਹੁਤ ਹੀ ਸ਼ਾਨਦਾਰ ਸਰੂਪ ਆ। ਗਾਤਰਾ ਵੀ ਪਾਇਆ ਵਾ, ਔਰ ਸਭ ਤੁਹਾਡੇ ਨਾਲ ਵੱਧ ਗੁਰਦੁਆਰੇ ਕਰਦੇ, ਮੇਰਾ ਖਿਆਲ ਤੁਹਾਡੇ ਨਾਲ ਵੱਧ ਪਾਠ ਵੀ ਕਰਦੇ ਹੋਣੇ। ਗੱਲ ਇੱਥੇ ਨਹੀਂ ਮੁੱਕਦੀ, ਤਾਂ ਸ਼ਬਦ ਗੁਰੂ ਦੀ ਗੱਲ ਚੱਲੀ। ਗੁਰੂ ਨਾਨਕ ਦੇਵ ਮਹਾਰਾਜ ਨੇ ਸਿਧਾਂਤ ਤੇ ਸ਼ਬਦ ਨੂੰ ਰੱਬ ਦੇ ਨਾਲ ਜੋੜ ਦਿੱਤਾ, ਉਹਦੇ ਵਿੱਚ ਕੋਈ ਵਿਚੋਲਾ ਨਹੀਂ ਹੈ। ਅੱਗੇ ਚੱਲੀਏ, ਮੈਂ ਬਰੀਫਲੀ ਤੁਹਾਨੂੰ ਦੱਸਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਪੋਥੀ ਦੀ ਕੰਪਾਈਲੇਸ਼ਨ, ਪੋਥੀ ਸਾਹਿਬ ਪਹਿਲਾਂ ਕਹਿੰਦੇ ਸੀ, ਬਾਅਦ ਦੇ ਵਿੱਚ ਗੁਰੂ ਗ੍ਰੰਥ ਦਾ ਨਾਮ ਹੈ, ਜਦੋਂ ਪੋਥੀ ਦੀ ਕੰਪਾਈਲੇਸ਼ਨ ਹੋ ਗਈ ਤਾਂ ਉਸ ਨੂੰ ਦਰਬਾਰ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਲੈ ਕੇ ਆਉਂਦਾ ਗਿਆ। ਤਾਂ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਪਹਿਲਾਂ ਗੁਰੂ ਸਾਹਿਬ ਆਪ ਮੰਜੀ ਦੇ ਉੱਤੇ ਬਿਰਾਜਮਾਨ ਸਨ, ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਣ ਲੱਗਿਆ ਜਿਹੜੀ ਤੁਹਾਨੂੰ ਨਹੀਂ ਪਤਾ, ਆਈ ਐਮ ਸ਼ੋਰ ਤੁਹਾਨੂੰ ਨਹੀਂ ਪਤਾ। ਗੁਰੂ ਮਹਾਰਾਜ ਹਰਿਮੰਦਰ ਸਾਹਿਬ ਦੇ ਵਿੱਚ ਮੰਜੀ ਦੇ ਉੱਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਵਿਚਾਰ ਦਿਆ ਕਰਦੇ ਸਨ। ਜਿਸ ਦਿਨ ਪੋਥੀ ਲੈ ਕੇ ਆਏ ਉਸ ਦਿਨ ਪੋਥੀ ਨੂੰ ਮੰਜੀ ਸਾਹਿਬ ਦੇ ਮੰਜੀ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਤੇ ਆਪ ਨੀਚੇ ਸੰਗਤ ਦੇ ਵਿੱਚ ਬੈਠ ਗਏ। ਇੱਕ ਬਹੁਤ ਰੈਵੋਲੂਸ਼ਨਰੀ ਗੱਲ ਹੈ, ਇਹ ਸਧਾਰਨ ਗੱਲ ਨਹੀਂ ਹੈ, ਇਸ ਦੇ ਪਿੱਛੇ ਇੱਕ ਬਹੁਤ ਵੱਡਾ ਸੰਕਲਪ ਹੈ, ਬਹੁਤ ਵੱਡੀ ਆਈਡੀਓਲੋਜੀ ਹੈ, ਬਹੁਤ ਵੱਡੀ ਥਿੰਕਿੰਗ ਹੈ ਜਿਹੜੀ ਯੂਨੀਕ ਹੈ ਇਨ ਦੀ ਹਿਸਟਰੀ ਆਫ ਮੈਨਕਾਈਂਡ। ਇਹ ਸਕ੍ਰਿਪਚਰ ਨਹੀਂ ਹੈ, ਇਹ ਧਾਰਮਿਕ ਗ੍ਰੰਥ ਨਹੀਂ ਹੈ, ਮਾਫ ਕਰਨਾ, ਇਹ ਕੁਛ ਹੋਰ ਹੈ, ਮੈਂ ਤੁਹਾਨੂੰ ਦੱਸਣ ਜਾ ਰਿਹਾ। ਇਸ ਦੇ 1227 ਪੇਜ ਦੇ ਉੱਤੇ, ਪੰਨੇ ਦੇ ਉੱਤੇ ਇੱਕ ਗੱਲ ਲਿਖੀ ਛੋਟੀ ਜੀ, ਕੀ ਲਿਖੀ? ਇੱਕ ਸੰਕੇਤ ਦਿੱਤਾ ਕਿ ਮੰਜੀ ਦੇ ਉੱਤੇ ਆ ਗਿਆ, ਗੁਰੂ ਨੀਚੇ ਆ ਗਿਆ। ਕਿਸੇ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਪੈਗੰਬਰ ਹੈ ਉਹ ਨੀਚੇ ਨਹੀਂ ਆਇਆ, ਧਾਰਮਿਕ ਗ੍ਰੰਥ ਤੋਂ ਧਾਰਮਿਕ ਗ੍ਰੰਥ ਨੂੰ ਆਪਣੇ ਪੈਰਾਂ ਵਿੱਚ ਰੱਖਿਆ। ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ, ਪਰ ਅਸਲੀ ਫੈਕਟ ਹੈ, ਹਿਸਟਰੀ ਹੈ। ਗੁਰੂ ਨੇ ਸਿਰਫ
ਆਪਣੀ ਧਾਰਮਿਕ ਜਿਹੜਾ ਜੋ ਵੀ ਉਸਦਾ ਸਿਧਾਂਤ ਸੀ ਉਸ ਨੂੰ ਉੱਤੇ ਲਾਇਆ ਤੇ ਆਪ ਨੀਚੇ ਬੈਠ ਗਿਆ ਸੰਗਤ ਦੇ ਵਿੱਚ। ਤਾਂ ਉਹਦੇ ਵਿੱਚ ਕੀ ਸੰਕੇਤ ਹੈ? ਪੋਥੀ ਪਰਮੇਸ਼ਰ ਕਾ ਥਾਨ, ਮੈਂ ਛੋਟੀ ਜਿਹੀ ਤੁਕ ਤੁਹਾਡੇ ਸਾਹਮਣੇ ਰੱਖ ਰਿਹਾ, ਬਹੁਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਪੋਥੀ ਪਰਮੇਸ਼ਰ ਕਾ ਥਾਨ, ਇਹ ਪੋਥੀ ਸੀ, ਇਹਨਾਂ ਨੂੰ ਪੋਥੀ ਸਾਹਿਬ ਕਹਿੰਦੇ ਸੀ। ਕੀ ਕਹਿ ਦਿੱਤੀ ਗੱਲ ਕਿ ਹੇ ਸਿੱਖਾ, ਕਿਹਨੂੰ ਉਦੇਸ਼ ਦੇ ਰਿਹਾ ਗੁਰੂ? ਸਿੱਖ ਨੂੰ ਉਦੇਸ਼ ਦੇ ਰਿਹਾ, ਆਪਣੇ ਫਾਲੋਅਰਸ ਨੂੰ ਉਦੇਸ਼ ਦੇ ਰਿਹਾ, ਦੁਨੀਆਂ ਨੂੰ ਵੀ ਦਿਖਾ ਰਿਹਾ ਕਿ ਇੱਕ ਨਵੀਂ ਚੀਜ਼, ਇੱਕ ਨਵਾਂ ਰੈਵੋਲੂਸ਼ਨ, ਇੱਕ ਯੂਨੀਕ ਚੀਜ਼ ਹੋ ਰਹੀ ਹੈ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ। ਪੋਥੀ ਪਰਮੇਸ਼ਰ ਕਾ ਥਾਨ, ਪਰਮੇਸ਼ਰ ਦੀ ਭਾਲ ਚ ਨਹੀਂ ਜਾਣਾ ਖਾਲਸਾ ਜੀ, ਤੁਸੀਂ ਇਹੀ ਰੱਬ ਆ ਤੁਹਾਡੇ ਲਈ, ਇਹੀ ਪਰਮੇਸ਼ਰ ਆ ਤੁਹਾਡੇ ਲਈ। ਸਿੱਧਾ ਜਾਏਗਾ ਕਿ ਕੋਈ ਬਹੁਤਾ ਔਖਾ ਹੈਗਾ ਕਿਸੇ ਗੁਰੂ ਜਾਨੀ ਕੋਲ ਜਾਣ ਦੀ ਲੋੜ? ਜਦੋਂ ਪੋਥੀ ਪਰਮੇਸ਼ਰ ਦਾ ਥਾਨ ਬਣ ਗਈ ਤਾਂ ਕਿਹੜੇ ਰੱਬ ਦੀ ਭਾਲ ਚ ਭੱਜੇ ਫਿਰਦੇ ਹੋ? ਕਿਹੜੇ ਸਾਧਾਂ ਕੋਲ ਤਵੀਜ਼ ਲੈਣ ਜਾਂਦੇ ਹੋ? ਕਿਹੜੀਆਂ ਮਕਾਰਾਂ ਤੇ ਤੁਸੀਂ ਭੱਜੇ ਫਿਰਦੇ ਹੋ? ਮਸਜਿਦਾਂ ਚ ਜਾਂ ਹੋਰ ਜਗ੍ਹਾ, ਮਸੀਤਾਂ ਚ ਜਾਂ ਕਿਸੇ ਦੇ ਹੋਰ ਇਹੋ ਜਿਹੇ ਸਥਾਨਾਂ ਚ ਜਾਂਦੇ ਹੋ ਤਵੀਜ਼ ਲੈਣ ਲਈ? ਕਿਸੇ ਨੇ ਤੁਹਾਨੂੰ ਤਵੀਜ਼ ਨਹੀਂ ਦੇਣਾ, ਜੋ ਕੁਛ ਦੇਣਾ ਇਹਨੇ। ਔਰ ਇਹਦੇ ਚ ਇੱਕ ਹੋਰ ਗੱਲ ਬਹੁਤ ਵੱਡੀ, ਉਹ ਕੀ ਗੱਲ? ਗੁਰੂ ਨਾਨਕ ਨੇ ਇੱਕ ਗੱਲ ਬਹੁਤ ਹੀ ਵੱਡੀ ਕਹੀ ਆ, ਵਿਲੱਖਣ ਗੱਲ ਆ, ਯੂਨੀਕ ਆ ਦੁਨੀਆਂ ਦੇ ਵਿੱਚ, ਦੁਨੀਆਂ ਦੇ ਧਾਰਮਿਕ ਲੋਕਾਂ ਨਾਲੋਂ। ਕੀ ਗੱਲ ਕਹੀ ਆ? ਬਈ ਜੇ ਸੁੱਖ ਹੈ ਜ਼ਿੰਦਗੀ ਦੇ ਵਿੱਚ ਤਾਂ ਦੁੱਖ ਵੀ ਹੈ, ਜੇ ਗੁਰੂ ਨੇ ਰੱਬ ਨੇ ਸੁੱਖ ਦਿੱਤਾ ਤਾਂ ਰੱਬ ਹੀ ਦੁੱਖ ਦੇਣ ਵਾਲਾ। ਤਕਲੀਫ ਕਿਸ ਗੱਲ ਦੀ ਹੁੰਦੀ? ਦੁੱਖ ਕਿਸ ਗੱਲ ਦਾ ਹੁੰਦਾ? ਤੜਪਣਾ ਕਿਸ ਗੱਲ ਦੀ ਹੁੰਦੀ ਹੈ? ਸਮਝੋ, ਗੁਰੂ ਨਾਨਕ ਨੂੰ ਜਦੋਂ ਸਮਝ ਲਿਆ ਤਾਂ ਪਿਆਰ ਬਣ ਜਾਣਾ ਗੁਰੂ ਨਾਨਕ ਦੇ ਨਾਲ। ਔਰ ਸਭ ਤੋਂ ਵਧੀਆ ਰਿਸ਼ਤਾ ਗੁਰੂ ਨਾਨਕ ਨੇ ਆਪ ਹੀ ਕਿਹਾ, ਪ੍ਰੇਮ ਦਾ ਰਿਸ਼ਤਾ। ਜੇ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਭਰੀਜੇ, ਸਿਰ ਦੀਜੇ ਕਾਂ ਨਾ ਦੀਜੇ। ਕੀ ਹੈ ਕਿ ਜੇ ਸੁੱਖ ਹੈ ਤਾਂ ਦੁੱਖ ਵੀ ਉਸਨੇ ਦਾ ਹੀ ਦਿੱਤਾ ਹੋਇਆ, ਸੁੱਖ ਤੇ ਦੁੱਖ ਦੋਨੇ ਪੈਰਲਲ ਚੱਲਣ। ਤੜਫਣਾ, ਇਤਰਾਜ਼, ਅਪੋਜੀਸ਼ਨ, ਵਿਖਾਂਤ ਇਸ ਗੱਲ ਦਾ ਹੁੰਦਾ ਕਿ ਰੱਬਾ ਤੂੰ ਮੈਨੂੰ ਐਸੀ ਬਿਮਾਰੀ ਲਾਤੀ, ਮੈਂ ਕੀ ਬੁਰਾ ਕੀਤਾ? ਜੇ ਸੁੱਖ ਦਿੱਤਾ ਮੈਂ ਕ੍ਰੀਏਟ ਕੀਤਾ। ਤੋ ਖਾਲਸਾ ਜੀ, ਜਿਸ ਦਿਨ ਸਿੱਖ ਨੇ ਇਹ ਗੱਲ ਸਮਝ ਲਈ, ਕਿਸੇ ਸਾਧਾ ਸੰਤਾਂ ਕੋਲ ਜਾਣ ਦੀ ਲੋੜ ਨਹੀਂ, ਕਿਸੇ ਤਵੀਜ਼ਾਂ ਨੂੰ ਕਰਨ ਦੀ ਲੋੜ ਨਹੀਂ, ਕਿਸੇ ਅਰਦਾਸਾਂ ਨੂੰ ਕਰਨ ਦੀ ਲੋੜ ਨਹੀਂ, ਕਿਸੇ ਮੱਥਾ ਟੇਕਣ ਦੀ ਲੋੜ ਨਹੀਂ, ਕਿਸੇ ਪਾਠ ਕਰਾਉਣ ਦੀ ਜ਼ਰੂਰਤ ਨਹੀਂ। ਸਮਝ ਲਓ, ਗੁਰੂ ਨਾਲ ਪਿਆਰ ਪਾ ਕੇ ਸਮਝ ਲਓ, ਆਈ ਗੱਲ ਹੈ। ਇੰਨਾ ਸਿੰਪਲ ਧਰਮ ਹੈ, ਇੰਨਾ ਸਪਸ਼ਟ ਧਰਮ ਹੈ, ਇੰਨਾ ਵਧੀਆ ਧਰਮ ਹੈ, ਇਹਦੇ ਨਾਲ ਇਸ਼ਕ ਕਰ ਲਓ, ਪਿਆਰ ਕਰ ਲਓ, ਬਸ ਆਨੰਦ ਹੀ ਆਨੰਦ। ਆਨੰਦ ਦੀ ਗੱਲ ਤਾਂ ਗੁਰੂ ਨੇ ਬਹੁਤ ਵਾਰੀ ਕੀਤੀ, ਪਰ ਤੁਸੀਂ ਆਨੰਦ ਮਾਣਦੇ ਨਹੀਂ। ਮੈਨੂੰ ਗੱਲ ਪੂਰੀ ਕਰ ਲੈਣ ਦੋ। ਤੋ ਗੱਲ ਕਹਿ ਦਿੰਦੇ ਆ ਵੀ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਨੂੰ ਗੱਦੀ ਦਿੱਤੀ, ਨਹੀਂ ਉਹ ਗੱਦੀ ਦੀ ਗੱਲ ਤਾਂ ਗੁਰੂ ਨਾਨਕ ਹੀ ਕਰ ਗਿਆ, ਗੱਦੀ ਦੀ ਗੱਲ ਤਾਂ ਮੈਂ ਤੁਹਾਡੇ ਸਾਹਮਣੇ ਗੁਰੂ ਅਰਜਨ ਦੇਵ ਨੇ ਕਰਤੀ, ਔਰ ਗੁਰੂ ਗੱਦੀ ਦੀ ਗੱਲ ਤਾਂ ਇਹਦੇ ਵਿੱਚ ਲਿਖੀ ਹੋਈ ਹੈ। ਜੇ ਇਹਦੇ ਵਿੱਚ ਲਿਖੀ ਹੋਈ ਗੱਲ ਹੈ ਤਾਂ ਉਹਦੇ ਤੇ ਉਹ ਤਾਂ ਸਿਰਫ ਇੱਕ ਉਸ ਗੱਲ ਨੂੰ ਰਿਪੀਟ ਕਰ ਰਿਹਾ, ਦਸਵਾਂ ਗੁਰੂ ਨਾਨਕ ਹੈ ਉਸ ਗੱਲ ਨੂੰ ਰਿਪੀਟ ਕਰ ਰਿਹਾ। ਕਿਉਂ ਰਿਪੀਟ ਕਰ ਰਿਹਾ? ਉਹ ਇਸ ਕਰਕੇ ਰਿਪੀਟ ਕਰ ਰਿਹਾ ਕਿਉਂਕਿ ਸਿੱਖ ਸਮਝਿਆ ਨੀ, ਸਿੱਖ ਨੇ ਪੜਿਆ ਜ਼ਰੂਰ ਹੈ, ਵਿਚਾਰਿਆ ਨੀ। ਤੋ ਇਸ ਤਕਲੀਫ ਹੈ ਗੁਰੂ ਨਾਨਕ, ਗੁਰੂ ਦਸਵੇਂ ਨਾਨਕ ਨੂੰ, ਕਿ ਜੇ ਮੈਂ ਉਹਨੂੰ ਸਪਸ਼ਟ ਲਫ਼ਜ਼ਾਂ ਵਿੱਚ ਨਹੀਂ ਦੱਸਦਾ ਤਾਂ ਇਹਨੇ ਸਮਝਣਾ ਨੀ। ਦਸਵੇਂ ਪਾਤਸ਼ਾਹ ਨੇ ਆਹੀ ਗੱਲ ਕੀਤੀ ਆ, ਕਹਿਤੀ ਵੀ ਭਾਈ ਇਹ ਤੁਹਾਡਾ ਕਾਰਪੋਰਲ ਗੁਰੂ ਜ਼ਿੰਦਾ ਗੁਰੂ ਹੈ। ਮੈਂ ਇੱਕ ਗੱਲ ਕਰ ਰਿਹਾ, ਮੈਂ ਪਿੱਛੇ ਇੱਕ ਕਿਤਾਬ ਲਿਖੀ ਸੀਗੀ ਵਿਦੇਸ਼ਾਂ ਦੇ ਵਿੱਚ, ਸਿੱਖੀ ਦੇ ਉੱਤੇ ਬਹੁਤ ਭਾਰੀ ਅਟੈਕ ਹੋ ਰਿਹਾ, ਆਰ ਐਸ ਐਸ ਨੇ ਹਰ ਪਹਿਲੂ ਤੋਂ ਸਿੱਖ ਨੂੰ ਜਕੜ ਲਿਆ ਹੈ। ਮਾਫ ਕਰਨਾ, ਹੁਸ਼ਿਆਰ ਹੋਣ ਦੀ ਲੋੜ, ਵਿਦਿਆ ਵਿਚਾਰ ਦੀ ਲੋੜ ਹੈ, ਵਿਦਿਆ ਵਿਚਾਰ ਤੋਂ ਬਗੈਰ ਇਹਨਾਂ ਨਾਲ ਲੜਿਆ ਨਹੀਂ ਜਾਣਾ। ਮੁਗਲਾਂ ਦੀ ਗੱਲ ਹੋਰ ਸੀ, ਤਲਵਾਰ ਨਾਲ ਲੜਿਆ ਜਾ ਸਕਦਾ ਸੀ। ਇਹ ਸਾਰੇ ਸਿਧਾਂਤਕ ਹੈ, ਬ੍ਰਾਹਮਣ ਦੇ ਕੋਲ ਕਲਮ ਹੈ, ਬ੍ਰਾਹਮਣ ਦੇ ਕੋਲ ਬੋਲਣ ਦੀ ਸ਼ਕਤੀ ਹੈ, ਬ੍ਰਾਹਮਣ ਦੇ ਕੋਲ ਦਲੀਲ ਦੀ ਸ਼ਕਤੀ ਹੈ। ਖਾਲਸਾ ਜੀ, ਗਾਲਾਂ ਨਾਲ, ਬੁਰੇ ਸ਼ਬਦਾਂ ਨਾਲ,
ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਕਰੋਗੇ ਮੁਕਾਬਲਾ ਦਲੀਲ ਨਾਲ, ਦਲੀਲ ਕੱਟੀ ਕਾਣੀ, ਤਲਵਾਰ ਨਾਲ ਤਲਵਾਰ ਕੱਟਣੀ ਸੌਖੀ ਹੈ, ਲੇਕਿਨ ਦਲੀਲ ਨਾਲ ਦਲੀਲ ਕੱਟਣੀ ਔਖੀ ਹੋ ਜਾਂਦੀ ਹੈ। ਉਹਦੇ ਤੇ ਤੁਹਾਡੇ ਮਨ ਦੀ ਬੜੀ ਐਕਸਰਸਾਈਜ਼ ਦੀ ਜ਼ਰੂਰਤ ਹੈ, ਰਾਤਾਂ ਨੂੰ ਜਾਗਣ ਦੀ ਜ਼ਰੂਰਤ ਹੈ, ਮਨ ਨੂੰ ਬੇਚੈਨ ਕਰਨ ਦੀ ਜ਼ਰੂਰਤ ਹੈ। ਸਾਡਾ ਧਰਮ ਸ਼ਾਂਤੀ ਦਾ ਧਰਮ ਨਹੀਂ, ਮਾਫ ਕਰਨਾ, ਸਾਡਾ ਧਰਮ ਬੇਚੈਨੀ ਦਾ ਧਰਮ ਹੈ।